ਸਤਿ ਸ਼੍ਰੀ ਅਕਾਲ, ਮੈਂ ਅੰਮ੍ਰਿਤ ਵਿਰਦੀ ਅਤੇ ਜਸ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਖਾਸ ਅਤੇ ਵਿਲੱਖਣ ਸ਼ੋਅ ਪੰਜਾਬ ਬੋਲਦਾ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਇੱਕ ਨਵੇਂ ਵਿਸ਼ੇ ਦੀ ਗੱਲ ਕਰਦੇ ਹਾਂ ਅਤੇ ਪੰਜਾਬ ਦੇ ਲੋਕ ਕੀ ਕਹਿੰਦੇ ਨੇ ਤੁਹਾਨੂੰ ਜਾਣੂ ਕਰਵਾਵਾਂਗੇ। ਅੱਜ ਗੱਲ ਕਰਾਂਗੇ ਵੈਲੰਟਾਈਨਸ ਡੇ ਦੀ। ਇੱਕ ਤਿਉਹਾਰ ਦੇ ਵਾਂਗ ਹੀ ਜਿਹੜਾ ਵੈਲੰਟਾਈਨਸ ਡੇ ਮਨਾਇਆ ਜਾਣ ਲੱਗ ਪਿਆ ਹੈ, ਪਿਆਰ ਦਾ ਤਿਉਹਾਰ ਇਹਨੂੰ ਕਿਹਾ ਜਾ ਸਕਦਾ ਹੈ। ਹਾਲਾਂਕਿ ਵਿਦੇਸ਼ਾਂ ਦੇ ਵਿੱਚ ਜਿਹੜਾ ਹੈ ਵੱਡੇ ਪੱਧਰ 'ਤੇ ਵੈਲੰਟਾਈਨਸ ਡੇ ਨੂੰ ਮਨਾਇਆ ਜਾਂਦਾ, ਪਰ ਅੱਜ ਕੱਲ੍ਹ ਜਿਹੜਾ ਹੈ ਉਹ ਭਾਰਤ ਦੇ ਵਿੱਚ ਵੀ, ਖਾਸ ਕਰਕੇ ਹਰ ਸੂਬੇ ਦੇ ਵਿੱਚ, ਪੰਜਾਬ ਦੇ ਵਿੱਚ ਵੀ ਜਿਹੜਾ ਹੈ ਉਹ ਵੈਲੰਟਾਈਨਸ ਡੇ ਨੂੰ ਜਿਹੜਾ ਹੈ ਉਹ ਹਰ ਸਾਲ ਜਿਹੜਾ ਹੈ ਉਹ ਪੂਰੇ ਜੋਸ਼ ਅਤੇ ਉਤਸ਼ਾਹ ਦੇ ਨਾਲ ਜਿਹੜੇ ਨੌਜਵਾਨ ਨੇ ਉਹ ਮਨਾਉਣ ਲੱਗ ਗਏ ਨੇ। 7 ਤੋਂ ਲੈ ਕੇ 14 ਤੱਕ ਦਾ ਜਿਹੜਾ ਇਹ ਪੂਰਾ ਸਿਲਸਿਲਾ ਦਿਨਾਂ ਦਾ ਚੱਲਦਾ ਹੈ, ਉਹ ਹਰ ਨੌਜਵਾਨ ਜਿਹੜਾ ਹੈ ਉਹ ਬੜੇ ਉਤਸ਼ਾਹ ਦੇ ਨਾਲ ਮਨਾਉਂਦਾ ਹੈ, ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨੇ ਲੋਕ। ਪਰ ਪਿਆਰ ਦੇ ਇਜ਼ਹਾਰ ਦੇ ਵਿੱਚ ਜਿਹੜਾ ਬਾਜ਼ਾਰੀਕਰਨ ਹੋ ਗਿਆ ਹੈ ਉਹ ਕਿੰਨਾ ਕੁ ਜਿਹੜਾ ਸਹੀ ਹੈ? ਕਿਉਂਕਿ ਵੈਲੰਟਾਈਨਸ ਡੇ ਜਦੋਂ ਵੀ ਆਉਂਦਾ ਹੈ ਤਾਂ ਬਾਜ਼ਾਰ ਜਿਹੜੇ ਆ ਉਹ ਸੱਜ ਜਾਂਦੇ ਨੇ। ਤੁਸੀਂ ਇੱਥੇ ਵੀ ਦੇਖ ਸਕਦੇ ਹੋ ਬੜੇ ਤਰ੍ਹਾਂ ਦਾ ਜਿਹੜਾ ਸਮਾਨ ਜਿਹੜਾ ਵੈਲੰਟਾਈਨਸ ਡੇ ਦੇ ਨਾਲ ਸੰਬੰਧਿਤ ਪਿਆ ਹੋਇਆ, ਚਾਹੇ ਉਹ ਟੈਡੀਜ਼ ਹੋਣ, ਚਾਹੇ ਉਹ ਫਿਰ ਰੋਜ਼ ਹੋਣ ਜਾਂ ਫਿਰ ਹਾਰਟਸ ਹੋਣ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਉਹ ਪਿਆਰ ਦਾ ਪ੍ਰਤੀਕ ਕਦੋਂ ਤੋਂ ਬਣ ਗਿਆ? ਕਿਉਂਕਿ ਪਿਆਰ ਦੀ ਜਦੋਂ ਗੱਲ ਆਉਂਦੀ ਹੈ ਤਾਂ ਕਹਿੰਦੇ ਕਿ ਪਿਆਰ ਰੂਹਾਂ ਦਾ ਮਿਲਾਪ ਹੁੰਦਾ ਹੈ, ਦੋ ਪਿਆਰ ਕਰਨ ਵਾਲਿਆਂ ਦਾ ਜਿਹੜਾ ਆਪਸ ਦਾ ਇੱਕ ਕਹਿੰਦੇ ਨੇ ਕਿ ਪਿਆਰ ਹੁੰਦਾ ਹੈ। ਪਰ ਉਹ ਪਿਆਰ ਜਿਹੜਾ ਹੈ ਹੁਣ ਬਾਜ਼ਾਰੀਕਰਨ ਜਿਹੜਾ ਬਣ ਗਿਆ ਹੈ, ਇਹ ਕਿੰਨਾ ਕੁ ਸਹੀ ਹੈ? ਲੋਕ ਕੀ ਕਹਿੰਦੇ ਨੇ ਕਿ ਵੈਲੰਟਾਈਨਸ ਡੇ ਸਿਰਫ ਆਪਣੇ ਪਿਆਰ ਦਾ ਇਜ਼ਹਾਰ ਕਰਨ ਦੇ ਲਈ ਹੈ, ਪਰ ਜਦੋਂ ਇਜ਼ਹਾਰ ਦੀ ਗੱਲ ਆਉਂਦੀ ਹੈ ਤਾਂ ਫਿਰ ਇਹ ਸਾਰੇ ਸਮਾਨ ਦੀ ਜਿਹੜੀ ਜ਼ਰੂਰਤ ਉਹ ਕਿਉਂ ਪੈਂਦੀ ਹੈ? ਬਾਜ਼ਾਰੀਕਰਨ ਜਿਹੜਾ ਹੋ ਗਿਆ ਹੈ ਉਹ ਕਿੰਨਾ ਕੁ ਸਹੀ ਹੈ? ਅਸਲ ਵੈਲੰਟਾਈਨਸ ਡੇ ਦੀ ਕੀ ਮਹੱਤਤਾ ਹੈ ਲੋਕਾਂ ਦੇ ਵਿੱਚ, ਲੋਕਾਂ ਦੇ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਲੋਕ ਕੀ ਸੋਚਦੇ ਨੇ। ਸਭ ਤੋਂ ਪਹਿਲਾਂ ਕੁੜੀਆਂ ਦੇ ਨਾਲ ਗੱਲਬਾਤ ਕਰਾਂਗੇ, ਕਿਉਂਕਿ ਜਦੋਂ ਵੈਲੰਟਾਈਨਸ ਦੀ ਗੱਲ ਆਉਂਦੀ ਹੈ ਤਾਂ ਕੁੜੀਆਂ ਦਾ ਤਾਂ ਜਿਹੜਾ ਹੈ ਇਹਨਾਂ ਦੀ ਸਭ ਤੋਂ ਵੱਧ ਇਹਦਾ ਰੋਲ ਹੁੰਦਾ, ਮਹੱਤਤਾ ਹੁੰਦੀ ਹੈ, ਤਾਂ ਇਹਨਾਂ ਦੇ ਨਾਲ ਗੱਲ ਕਰਕੇ ਜਾਣਾਂਗੇ। ਕੀ ਨਾਮ ਹੈ? ਵਿਰੂਸ਼ੀ। ਵਿਰੂਸ਼ੀ, ਪਹਿਲਾਂ ਤਾਂ ਸਭ ਤੋਂ ਦੱਸੋ ਕਿ ਤੁਸੀਂ ਵੈਲੰਟਾਈਨ ਡੇ ਨੂੰ ਕੀ, ਮਤਲਬ ਕੀ ਸਮਝਦੇ ਹੋ, ਕੀ ਮਹੱਤਤਾ ਇਹਦੀ? ਇਟਸ ਕੀ ਉਹ ਵੀ ਆ ਸ਼ੋਇੰਗ ਲਵ, ਲਵ ਦਾ ਹੀ ਹੈ ਇਹ ਮੇਨ ਸਿੰਪਟਮ। ਤਾਂ ਇਹ ਹੈ ਕਿ ਹਾਂ, ਅੱਜ ਕੱਲ੍ਹ ਸਾਰੇ ਪੈਸੇ ਨੂੰ ਪਹਿਲਾਂ ਪ੍ਰੈਫਰੈਂਸ ਦੇਣ ਲੱਗ ਗਿਆ। ਹੁਣ ਇੱਕ ਦੁਕਾਨ ਹੈ, ਸਾਹਮਣੇ ਦੁਕਾਨ ਹੋਊਗੀ, ਉਹਦਾ ਪਹਿਲਾਂ ਇੰਨਾ ਜ਼ਿਆਦਾ, ਮਤਲਬ ਉਹਨਾਂ ਕੋਲ ਸਮਾਨ ਤਾਂ ਬਹੁਤ ਜ਼ਿਆਦਾ ਹੋਊਗਾ, ਬਟ ਇੱਕ ਪਰਸਨ ਦੇ, ਹੁਣ ਜਿਹੜਾ ਇੱਕ ਸਟੂਡੈਂਟ ਹੀ ਹੈ, ਉਹਦੇ ਕੋਲ ਇੰਨਾ ਪੈਸਾ ਨਹੀਂ ਹੁੰਦਾ ਕਿ ਉਹ ਆਪਦੀ ਗਰਲਫ੍ਰੈਂਡ 'ਤੇ ਵੀ ਲਾਊਗਾ, ਪਲੱਸ ਉਹ ਆਪਦੀ ਸਟੱਡੀਜ਼ 'ਤੇ ਵੀ, ਪਲੱਸ ਉਹ ਜਿਵੇਂ ਇੱਥੇ ਰੈਂਟਸ ਹੈ ਤਾਂ ਸਭ ਕੁਛ ਨਹੀਂ ਹੈ। ਬਟ ਅੱਜ ਕੱਲ੍ਹ ਜਿਹੜਾ ਹੈ ਸਭ ਕੁਛ ਪੈਸਾ ਹੀ ਹੋ ਚੁੱਕਿਆ ਹੈ, ਆਹ ਪਿਆਰ ਤਾਂ ਬਹੁਤ ਦੂਰ ਤੱਕ ਦੇ। ਪਿਆਰ ਦੀ ਗੱਲ ਆਉਂਦੀ ਹੈ ਤਾਂ ਮੈਨੂੰ ਲੱਗਦਾ ਨਹੀਂ ਕਿ ਪਿਆਰ ਆਪਣਾ ਦਿਖਾਉਣ ਦੇ ਲਈ ਇੱਕ ਪੈਸਾ ਬਹੁਤ ਜ਼ਰੂਰੀ ਹੈ, ਪਰ ਇਹ ਜਿਹੜੇ ਤੁਸੀਂ ਆਪਾਂ ਮੰਨਦੇ ਕਿ 7 ਤੋਂ 14 ਤੱਕ ਜਿਹੜੇ ਲਗਾਤਾਰ ਦਿਨਾਂ ਦਾ ਜਿਹੜਾ ਸਿਲਸਿਲਾ ਚੱਲਦਾ ਹੈ, ਕੀ ਲੱਗਦਾ ਕਿ ਸਿਰਫ ਇਹਨਾਂ ਦਿਨਾਂ 'ਚ ਜਿਹੜਾ ਬੰਦਾ ਇਹ ਪਿਆਰ ਕਰਦਾ ਹੋਊਗਾ ਤਾਂ ਆਪਣਾ ਪਿਆਰ ਸ਼ੋਅ ਕਰ ਸਕਦਾ? ਨਹੀਂ, ਇਹ ਨਹੀਂ ਹੈ, ਇਹ ਤਾਂ 365 ਡੇਜ਼ ਹੈ, ਯੂ ਹੈਵ ਟੂ ਸ਼ੋਅ ਐਵਰੀ ਡੇ, ਯੂ ਹੈਵ ਟੂ ਸ਼ੋਅ ਯੂਅਰ ਲਵ। ਇਹ ਕੋਈ ਪਰਟੀਕੁਲਰ 7 ਦਿਨ ਹੈਗੇ ਆ, ਠੀਕ ਹੈ, ਇੱਕ 7 ਦਿਨ ਤੁਸੀਂ ਇੱਕ ਦਿਖਾ ਸਕਦੇ ਹੋ ਕਿ ਹਾਂ, ਇੱਕ ਵੈਸੇ ਵੀ ਆਪਦੀ ਸੋਸਾਇਟੀ ਦੇ ਵਿੱਚ, ਜਿਵੇਂ ਹੁਣ ਮੈਂ ਹੋਸਟਲਰ ਹਾਂ ਤਾਂ ਮੈਂ ਇਹਨੂੰ ਹੋਸਟਲਰ, ਉਹ ਹੋ ਜਾਂਦਾ ਨਾ ਕਿ ਹਾਂ ਯਾਰ, ਇਹਦੇ ਬੋਏਫ੍ਰੈਂਡ ਨੇ ਇਹਨੂੰ ਰੋਜ਼ਸ ਭੇਜੇ, ਇਹਦੇ ਬੋਏਫ੍ਰੈਂਡ ਨੇ ਇਹਨੂੰ, ਉਹ ਬਸ ਉਹ ਪੈਂਪਰਿੰਗ ਅੱਛੀ ਲੱਗਦੀ ਆ ਉਸ ਟਾਈਮ 'ਤੇ, ਫੋਰ ਦਾ ਟਾਈਮ ਬੀਇੰਗ, ਉਹ ਬਸ ਉਹ ਚੀਜ਼ਾਂ ਹੈ ਕਿ ਕਮਰਸ਼ਲਾਈਜੇਸ਼ਨ। ਅਸੀਂ ਕੱਲੀ ਵੈਲੰਟਾਈਨਸ ਡੇ ਦੀ ਨਹੀਂ ਗੱਲ ਕਰਦੇ, ਅੱਜ ਕੱਲ੍ਹ ਦੀਵਾਲੀ ਹੋ ਗਈ, ਗਿਫਟ ਐਕਸਚੇਂਜ ਦਾ ਇੱਕ ਬਣ ਹੀ ਗਿਆ ਕਿ ਹਾਂ ਨਹੀਂ ਕਰਨੇ, ਇਹ ਕਮਰਸ਼ਲਾਈਜੇਸ਼ਨ ਕਿੰਨੀ ਕੁ ਸਹੀ ਹੈ? ਠੀਕ ਹੈ, ਇਹ ਨਹੀਂ ਹੈ ਜ਼ਰੂਰੀ ਹਰ ਫੈਸਟੀਵਲ 'ਤੇ ਤੁਸੀਂ ਦੇਣਾ ਹੀ ਦੇਣਾ, ਠੀਕ ਹੈ, ਤੁਸੀਂ ਇੱਕ ਦੂਜੇ ਨਾਲ ਟਾਈਮ ਸਪੈਂਡ ਕਰੋ, ਦੈਟ ਇਜ਼ ਮੱਚ ਬੈਟਰ ਦੈਨ ਗਿਵਿੰਗ ਆਲ ਦਾ ਗਿਫਟਸ। ਤੁਸੀਂ ਕਿਸੇ ਲਈ ਟਾਈਮ ਦਿੰਦੇ ਹੋ, ਸਭ ਨਾਲ ਪ੍ਰੀਸ਼ੀਅਸ ਥਿੰਗ ਹੈ, ਜ਼ਰੂਰੀ ਹੈ 7 ਦਿਨ, ਹੈ ਨਾ? ਨਹੀਂ, ਇਹ ਜ਼ਰੂਰੀ ਨਹੀਂ ਹੈ, ਸਭ ਦੇ ਆਦੇ ਆਦੇ ਪ੍ਰੋਸਪੈਕਟਿਵ ਹੈ, ਹਰ ਇੱਕ ਦੇ ਆਦਾ ਆਦਾ ਪ੍ਰੋਸਪੈਕਟਿਵ ਕਰੇ ਤਾਂ ਕੁੜੀਆਂ ਨੂੰ ਵਧੀਆ ਲੱਗਦਾ ਪੈਂਪਰਿੰਗ, ਹੈ ਨਾ? ਪੈਂਪਰਿੰਗ ਤਾਂ ਕਿਸੇ ਹਰ ਇੱਕ ਨੂੰ ਅੱਛੀ ਲੱਗੂਗੀ, ਤੁਹਾਨੂੰ ਵੀ ਅੱਛੀ ਲੱਗੂਗੀ, ਤੁਹਾਡੇ ਲਈ ਕੋਈ ਲੈ ਕੇ ਆਊਗਾ ਤਾਂ। ਬਿਲਕੁਲ ਸਹੀ ਗੱਲ ਕਹੀ, ਇੱਕ ਅਸਲ ਜਿਹੜੀ ਦਿਲ ਦੀ ਗੱਲ ਹੁੰਦੀ ਹੈ, ਵਰਿਸ਼ ਨੇ ਉਹ ਦੱਸੀ ਹੈ ਕਿ ਹਾਂ ਜ਼ਰੂਰੀ ਨਹੀਂ ਹੈ ਕਿ ਜਿਹੜਾ ਬੰਦਾ ਹੈ ਉਹ ਪੈਸਾ ਜਾਂ ਤੋਹਫਿਆਂ ਦੇ ਨਾਲ ਹੀ ਆਪਣਾ ਪਿਆਰ ਜਿਹੜਾ ਸ਼ੋਅ ਕਰ ਸਕਦਾ ਹੈ, ਪਰ ਹਾਂ ਜਦੋਂ ਕੋਈ ਦਿੰਦਾ ਹੈ ਤਾਂ ਵਧੀਆ ਲੱਗਦਾ ਹੈ ਕੁੜੀਆਂ ਨੂੰ। ਕੀ ਨਾਮ ਹੈ? ਰਾਸ਼ਿਕਾ। ਰਾਸ਼ਿਕਾ, ਬਹੁਤ ਸੋਹਣਾ ਨਾਮ ਹੈ, ਥੈਂਕ ਯੂ। ਰਾਸ਼ਿਕਾ, ਵੈਲੰਟਾਈਨਸ ਡੇ ਕੀ ਸਮਝਦੇ ਹੋ? ਮੇਰੇ ਵਾਸਤੇ ਵੈਲੰਟਾਈਨ ਡੇ ਸਿਰਫ ਇਹੀ ਹੈ ਕਿ ਹਾਂ ਮੇਕੋ ਉਸਕੇ ਸਾਥ ਟਾਈਮ ਸਪੈਂਡ ਕਰਨੇ ਕੋ ਮਿਲੇ, ਔਰ ਗਿਫਟਸ ਵਿਫਟਸ ਕੁਛ ਨਹੀਂ ਚਾਹੀਏ, ਓਨਲੀ ਬਸ ਟਾਈਮ ਚਾਹੀਏ ਕਿ ਹਾਂ ਉਸ ਟਾਈਮ ਉਹ ਬਸ ਮੇਰੇ ਸਾਥ ਰਹੇ, ਕੁਛ ਵੀ ਨਾ ਹੋ, ਓਨਲੀ ਜਸਟ ਵਿਦ ਮੀ ਰਹੇ, ਔਰ ਕਿਸੇ ਕੇ ਸਾਥ ਨਹੀਂ। ਤਿਉਹਾਰਾਂ ਦਾ ਜਾਂ ਵੈਲੰਟਾਈਨਸ ਡੇ ਦਾ ਬਾਜ਼ਾਰੀਕਰਨ ਹੋ ਗਿਆ, ਅਸੀਂ ਦੇਖਦੇ ਹਾਂ ਐਨ ਨੰਬਰ ਆਫ ਗ੍ਰੀਟਿੰਗਸ, ਰੋਜ਼ਸ, ਬਹੁਤ ਕੁਛ। ਬੁੱਕੇ ਚਾਹੀਏ, ਇੱਕ ਰੋਜ਼ ਵੀ ਕਾਫੀ ਹੋਤਾ ਹੈ, ਇੱਕ ਰੋਜ਼ ਵੀ ਬਹੁਤ ਹੋਤਾ ਹੈ, ਅਗਰ ਆਪ ਉਹ ਇੱਕ ਰੋਜ਼ ਵੀ ਦੇ ਰਹੇ ਹੋ ਨਾ, ਉਹ ਪੂਰੇ ਟਾਈਮ ਤੱਕ ਰਹੇ, ਆਪ ਸੰਭਾਲ ਕੇ ਰੱਖੋ, ਉਹ ਵੀ ਕਾਫੀ ਹੈ, ਜ਼ਰੂਰੀ ਨਹੀਂ। ਮਾਰਕੀਟ ਦੇ ਪਰਸਪੈਕਟਿਵ ਤੋਂ ਗੱਲ ਕਰੀਏ ਤਾਂ ਕੀ ਸਮਝਦੇ ਹੋ ਕਿ ਬਾਜ਼ਾਰੀਕਰਨ ਕਿੰਨਾ ਕੁ ਹੋ ਗਿਆ ਹੈ? ਦੁਕਾਨਦਾਰਾਂ ਦੇ ਕੋਲ ਵੀ ਇਹੀ ਦਿਨ ਹੁੰਦੇ ਆ ਜਿਹੜਾ ਕਮਾਉਣ ਦੇ? ਇੱਕ ਅਗਰ ਆਪ ਇੱਕ ਫੂਲ ਵੀ ਲੈਣੇ ਚਾਹੋ ਨਾ, ਜੋ ਆਪਕੋ 25 ਜੋ 10 ਰੁਪਏ ਕਾ ਹੋਗਾ ਵੋ ਆਪਕੋ 25-50 ਰੁਪਏ ਕਾ ਐਸੇ ਕਾ ਮਿਲੇਗਾ। ਬਹੁਤ ਲੂਟ ਮੱਚੀ ਹੋਈ ਹੈ ਇਸਕੇ ਚੱਕਰ ਮੇਂ, ਬਹੁਤ ਜ਼ਿਆਦਾ। ਬਹੁਤ ਬਹੁਤ ਸ਼ੁਕਰੀਆ।
ਸੋ ਇਹਨਾਂ ਨੇ ਕਿਹਾ ਕਿ ਬਹੁਤ ਜਿਹੜੀ ਲੁੱਟ ਮਚੀ ਹੋਈ ਹੈ। ਕੀ ਨਾਮ ਹੈ ਤੁਹਾਡਾ? ਪਾਰੁਲ। ਪਾਰੁਲ, ਅਸੀਂ ਗੱਲ ਕਰ ਰਹੇ ਵੈਲੈਂਟਾਈਨਸ ਡੇ ਦੀ, ਇੱਕ ਪਿਆਰ ਦਾ ਤਿਉਹਾਰ ਹੈ, ਪਰ ਅਸੀਂ ਦੇਖਿਆ ਕਿ ਅੱਜ ਜਿੱਦਾਂ ਇਹਨਾਂ ਨੇ ਕਿਹਾ ਕਿ ਬਾਜ਼ਾਰਾਂ ਦੇ ਵਿੱਚ ਅਸੀਂ ਇੱਕ ਚੀਜ਼ ਲੈਣ ਜਾਈਏ, ਸਪੋਜ਼ ਅਸੀਂ ਇੱਕ ਫੁੱਲ ਹੀ ਲੈਣ ਗਏ ਹਾਂ, ਉਸ ਫੁੱਲ ਦੀ ਹੀ ਵਰਾਇਟੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਤੁਸੀਂ ਬੜੇ ਕਨਫਿਊਜ਼ ਹੋ ਜਾਂਦੇ ਹੋ ਕਿ ਹਾਂ ਪਤਾ ਨਹੀਂ ਮੈਂ ਇਹ ਲੈ ਵੀ ਸਕਦੀ ਹਾਂ ਨਹੀਂ, ਅਤੇ ਉਹੀ ਫੁੱਲ ਵਾ ਜਿਹੜਾ ਕਦੇ ਬਾਗ ਦੇ ਵਿੱਚ ਲੱਗਾ ਹੁੰਦਾ ਹੈ। ਸੀਰੀਅਸਲੀ ਮੇਰੇ ਲਈ ਤਾਂ ਇਸ ਕੋਈ ਵਰਡ ਹੀ ਨਹੀਂ ਹੈਗਾ ਵੈਲੈਂਟਾਈਨਸ ਡੇ, ਮੈਂ ਇਹਦੇ ਬਾਰੇ ਕੁਛ ਨਹੀਂ ਦੱਸ ਸਕਦੀ, ਸੋਰੀ। ਤੁਸੀਂ ਵੈਲੈਂਟਾਈਨਸ ਡੇ ਨੂੰ ਮਤਲਬ ਨਹੀਂ ਸਮਝਦੇ? ਨਹੀਂ, ਮੈਨੂੰ ਕੁਛ ਮਤਲਬ ਮੇਰੇ ਲਈ ਇੰਪੋਰਟੈਂਟ ਨਹੀਂ ਹੈਗਾ। ਨਹੀਂ, ਜੇ ਤੁਹਾਨੂੰ ਵੈਸੇ ਕੋਈ ਪੈਂਪਰ ਕਰਦਾ ਅੱਛਾ ਲੱਗਦਾ, ਮਤਲਬ ਵੈਲੈਂਟਾਈਨਸ ਡੇ ਤੁਹਾਨੂੰ ਲੱਗਦਾ ਕਿ ਇਟਸ ਅ ਵੇਸਟ ਆਫ ਟਾਈਮ? ਸਾਰਿਆਂ ਨੂੰ ਸੀਰੀਅਸਲੀ ਇਹਦਾ ਵੇਸਟ ਆਫ ਟਾਈਮ ਹੈ ਔਰ ਕੁਛ ਵੀ ਨਹੀਂ, ਔਰ ਮਨੀ, ਵੇਸਟ ਆਫ ਮਨੀ। ਕੀ ਨਾਮ ਹੈ? ਕਾਜਲ। ਕਾਜਲ, ਤੁਹਾਡੇ ਫਰੈਂਡਸ ਨੇ ਤਾਂ ਆਪਣੇ ਆਪਣੇ ਵੱਖ ਵੱਖ ਪਰਸਪੈਕਟਿਵ ਦਿੱਤੇ ਆ, ਤੁਸੀਂ ਵੈਲੈਂਟਾਈਨਸ ਡੇ ਨੂੰ ਕਿਸ ਤਰ੍ਹਾਂ ਸਮਝਦੇ ਹੋ? ਇਹਦੇ ਬਾਰੇ ਕੁਛ ਵੀ ਨਹੀਂ, ਨਥਿੰਗ, ਕੁਛ ਸਪੈਸ਼ਲ ਨਹੀਂ। ਚਲੋ, ਤਾਂ ਜਿਹੜਾ ਮਾਰਕੀਟ ਦੇ ਪਰਸਪੈਕਟਿਵ ਤੋਂ ਜੇਕਰ ਗੱਲ ਕੀਤੀ ਜਾਵੇ, ਇਹਨਾਂ ਦਿਨਾਂ ਦੇ ਵਿੱਚ ਮਾਰਕੀਟ ਜਿਹੜੀ ਹੈ ਪੂਰੀ ਤਰ੍ਹਾਂ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਨਾਲ ਸਜੀ ਹੋਈ ਹੈ, ਦੁਕਾਨਦਾਰ ਵੀ ਰੱਜ ਕੇ ਜਿਹੜਾ ਹੈ ਉਹ ਰੇਟ ਲਗਾ ਰਹੇ ਨੇ, ਉਹਦੇ ਬਾਰੇ ਕੀ ਕਹੋਗੇ? ਵੇਸਟੇਜ ਆਫ ਮਨੀ, ਪਿਆਰ ਜਿਤਾਉਣਾ ਆ ਤਾਂ ਹੈ ਨਹੀਂ ਕਿ ਤੁਸੀਂ ਗਿਫਟਸ ਦਿਓ, ਬਟ ਕੁੜੀਆਂ ਲਈ ਨੋਰਮਲੀ ਆਹ ਚੀਜ਼ ਹੁੰਦੀ ਹੈ ਕਿ ਹਾਂ ਸਾਨੂੰ ਗਿਫਟਸ ਮਿਲਣ, ਬਹੁਤ ਐਕਸਪੈਕਟੇਸ਼ਨਸ ਹੁੰਦੀ ਹੈ, ਰੈਦਰ ਦੈਨ ਕਿ ਕੋਈ ਟਾਈਮ ਸਪੈਂਡ ਕਰੇ, ਕੋਈ ਪਿਆਰ ਕਰੇ, ਕੋਈ ਕੇਅਰ ਕਰੇ, ਉਹਨਾਂ ਨੂੰ ਸਾਰਿਆਂ ਨਾਲੋਂ ਜ਼ਿਆਦਾ ਇੰਪੋਰਟੈਂਟ ਹੁੰਦਾ ਕਿ ਹਾਂ ਕੋਈ ਗਿਫਟਸ ਦੇਵੇ। ਕੀ ਮੰਨਦੇ ਹੋ ਕਿ ਜਿਹੜਾ ਗਿਫਟ ਦਿੰਦਾ ਹੈ ਉਹੀ ਸੱਚਾ ਪਿਆਰ ਹੁੰਦਾ? ਨਹੀਂ, ਬਿਲਕੁਲ ਵੀ ਨਹੀਂ। ਓਬਵੀਅਸਲੀ ਗੱਲ ਹੈ ਯਾਰ, ਕੋਈ ਟਾਈਮ ਦੇਵੇਗਾ, ਕੋਈ ਕੇਅਰ ਕਰੇਗਾ, ਉਹੀ ਹੁੰਦਾ ਪਿਆਰ। ਜ਼ਰੂਰ ਅੱਜ ਬੰਦਾ ਆਪਾਂ ਨੂੰ ਇੰਨੇ ਗਿਫਟਸ ਦੇਵੇ, ਇੰਨਾ ਜ਼ਿਆਦਾ ਲਵ ਸ਼ੋ ਕਰੇ, ਕੱਲ੍ਹ ਨੂੰ ਛੱਡ ਕੇ ਚੱਲ ਜਾਵੇ, ਉਹ ਤਾਂ ਕੁਛ ਮੈਟਰ ਹੀ ਨਹੀਂ ਕਰਦਾ ਨਾ ਪਿਆਰ, ਫਿਰ ਉਹ ਤਾਂ ਵੇਸਟੇਜ ਆਫ ਟਾਈਮ, ਵੇਸਟੇਜ ਆਫ ਮਨੀ। ਮਤਲਬ ਮੰਨਦੇ ਹੋ? ਦਿਨੋਂ ਕੀ ਬਾਤ ਹੈ, ਇਨ ਦਿਨੋਂ ਕੀ ਬਾਤ ਨਹੀਂ ਹੈ, ਨੋਰਮਲੀ ਦੱਸਿਆ। ਮੰਨਦੇ ਤੁਸੀਂ ਕਿ ਵੈਲੈਂਟਾਈਨਸ ਡੇ ਜਿਹੜਾ ਇਹ ਸਿਰਫ ਇੱਕ ਵੇਸਟ ਆਫ ਮਨੀ? ਹਾਂਜੀ ਬਿਲਕੁਲ। ਕੀ ਨਾਮ ਹੈ? ਹਰਪ੍ਰੀਤ ਸਿੰਘ। ਹਰਪ੍ਰੀਤ, ਸਭ ਤੋਂ ਪਹਿਲਾਂ ਦੱਸੋ ਕਿ ਵੈਲੈਂਟਾਈਨਸ ਡੇ ਨੂੰ ਕੀ ਮੰਨਦੇ ਹੋ? ਵੈਲੈਂਟਾਈਨ ਡੇ ਮੈਡਮ ਇੱਕ ਬਸ ਇੱਕ ਦਿਨ ਆਪਣੇ ਬੰਦਾ ਪਿਆਰ ਨੂੰ ਰਿਪ੍ਰਜੈਂਟ ਕਰ ਦਿੰਦਾ, ਬਸ ਅੱਗੇ ਅਗਲਾ ਮੰਨੇ ਨਾ। ਤੁਸੀਂ ਗੱਲ ਕਹੀ ਕਿ ਵੈਲੈਂਟਾਈਨਸ ਡੇ ਦਿਨ ਸੀ ਇੱਕ ਪਿਆਰ ਦਾ ਇਜ਼ਹਾਰ ਕਰਨ ਨੂੰ, ਪਰ ਇਹ ਪਿਆਰ ਦਾ ਇਜ਼ਹਾਰ ਕਰਨ ਨੂੰ ਅੱਜ ਪੈਸਾ ਇੰਨਾ ਜ਼ਰੂਰੀ ਕਿਉਂ ਹੋ ਗਿਆ? ਪੈਸਾ ਤਾਂ ਮੈਡਮ ਜ਼ਰੂਰੀ ਹੋ ਗਿਆ, ਹੁਣ ਦੇਖੋ ਦੇਖੀ ਵੱਧ ਗਿਆ ਜੀ ਇਹ ਕੰਮ, ਜੇ ਹੁਣ ਅਗਲਾ ਗੱਡੀ ਜਾਣਾ ਤਾਂ ਆਪ ਵੀ ਗੱਡੀ ਲੈਣੀ ਪੈਂਦੀ ਆ, ਕੁੜੀ ਵੀ ਗਾਹਾਂ ਹੀ ਕੁਛ ਚਾਹੁੰਦੀ ਆ, ਮੇਰੇ ਬੁਆਏਫ੍ਰੈਂਡ ਕੋਲ ਪੈਸਾ ਹੋਵੇ, ਗੱਡੀ ਹੋਵੇ, ਸਭ ਕੁਛ ਹੋਵੇ, ਇਹ ਚੀਜ਼ਾਂ ਵੀ ਆਮ ਹੋ ਗਈਆਂ। ਕੀ ਸਮਝਦੇ ਹੋ ਇਹ ਬਾਜ਼ਾਰੀ ਕਰਨ ਦੇ ਵਿੱਚ ਸਭ ਤੋਂ ਵੱਡਾ ਹੱਥ ਕਿਹਦਾ, ਰੋਲ ਕਿਹਦਾ? ਇਹ ਰੋਲ ਮੈਡਮ ਜਿਹੜੇ ਬੜੇ ਲੋਕ ਆ, ਜਿੱਦਾਂ ਆਪਾਂ ਲਾ ਲਈਏ ਬੜੇ ਘਰਾਂ ਦੇ ਜਵਾਕ, ਉਹਨਾਂ ਦਾ ਜ਼ਿਆਦਾ ਰੋਲ ਆ, ਕਿਉਂਕਿ ਉਹ ਅਫੋਰਡ ਕਰ ਲੈਂਦੇ ਆ, ਅਤੇ ਜਿਹੜੇ ਆਪਣੇ ਮਿਡਲ ਕਲਾਸ ਜਾਂ ਛੋਟੇ ਹੁੰਦੇ ਆ ਉਹਨਾਂ ਨੂੰ ਥੋੜ੍ਹਾ ਜਿਹਾ ਔਖਾ ਹੋ ਜਾਂਦਾ, ਫਿਰ ਮਿਡਲ ਕਲਾਸ 'ਤੇ ਪੈ ਮਾਰ, ਮਿਡਲ ਕਲਾਸ 'ਤੇ ਪੈਣੀ, ਕਿਉਂਕਿ ਪਿਓਰ ਪੂਅਰ ਤਾਂ ਸੋਚਦੇ ਹੀ ਨਹੀਂ ਹੈਗੇ, ਮਿਡਲ ਕਲਾਸ 'ਤੇ ਮਾਰ ਪੈਂਦੀ। ਔਰ ਅਸੀਂ ਦੇਖਿਆ ਕਿ ਇਸ ਚੱਕਰ ਦੇ ਵਿੱਚ ਬੜੇ ਸਾਰੇ ਰਿਸ਼ਤੇ ਆ ਬਣਨੇ ਤੱਕ ਹੀ ਟੁੱਟਦੇ ਵੀ ਆ, ਟੁੱਟਦੇ ਬਹੁਤ, ਹਾਂ ਪਹਿਲਾਂ ਸੁਪਨੇ ਬੜੇ ਦਿਖਾ ਹੋ ਜਾਂਦੇ ਆ ਜੀ, ਬਾਅਦ 'ਚ ਪੂਰੇ ਹੁੰਦੇ ਨੇ, ਫਿਰ ਟੁੱਟਦੇ ਹੋਏ। ਮੰਨਦੇ ਹੋ ਕਿ ਇਹ ਅੱਜ ਜ਼ਰੂਰੀ ਹੋ ਗਿਆ ਹੈ ਪੈਸਾ ਹੋਣਾ ਵੈਲੈਂਟਾਈਨਸ ਡੇ 'ਤੇ, ਇੱਕ ਜ਼ਰੂਰੀ ਹੋ ਗਿਆ, ਜ਼ਰੂਰੀ ਹੋ ਗਿਆ, ਬਿਨਾਂ ਉਤੋਂ ਬੁੱਕਤ ਨਹੀਂ, ਪਿਆਰ ਦੀ ਵੀ ਨਹੀਂ। ਬਿਲਕੁਲ ਇਹਨਾਂ ਨੇ ਠੀਕ ਗੱਲ ਕਹੀ ਕਿ ਅੱਜ ਜਿਹੜਾ ਹੈ ਉਹ ਪਿਆਰ ਦੀ ਵੈਲਿਊ ਪੈਸੇ ਦੇ ਨਾਲ ਹੀ ਜਿਹੜੀ ਰਹਿ ਗਈ ਹੈ। ਕੀ ਨਾਮ ਹੈ? ਜਗਨਪ੍ਰੀਤ ਸਿੰਘ। ਜਗਨ, ਤੁਸੀਂ ਕੀ ਸਮਝਦੇ ਹੋ ਕਿ ਵੈਲੈਂਟਾਈਨਸ ਡੇ 'ਤੇ ਜੇਕਰ ਕੁੜੀ ਦੇ ਕੋਲ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਹੈ ਤਾਂ ਜੇਬ ਦੇ ਵਿੱਚ ਨੋਟਾਂ ਦੀ ਥੱਦੀ ਹੋਣੀ ਜ਼ਰੂਰੀ ਕਿਉਂ ਹੋ ਗਈ ਹੈ? ਇਹ ਤਾਂ ਵੇਲੇ ਬੰਦਿਆਂ ਦਾ ਕੰਮ ਹੈ, ਕਿਹੜੇ ਚੱਕਰ 'ਚ ਪਏ ਤੁਸੀਂ, ਇਹ ਕੋਈ ਮੁੱਦੇ ਦੀ ਗੱਲ ਕਰੋ ਜੀ। ਤਾਂ ਤੁਸੀਂ ਇਹਨੂੰ ਮਤਲਬ ਵੇਸਟ ਆਫ ਮਨੀ, ਵੇਸਟ ਆਫ ਟਾਈਮ ਸਮਝਦੇ ਹੋ? ਵੇਸਟ ਆਫ ਮਨੀ, ਵੇਸਟ ਆਫ ਟਾਈਮ, ਐਕਚੁਅਲੀ ਇਹ ਤਾਂ ਜਿਹੜਾ ਬੰਦਾ ਵਿਹਲਾ ਹੁੰਦਾ ਜੀ ਉਹਦੇ ਦਿਮਾਗ 'ਚ ਇਹ ਗੱਲਾਂ ਆਉਂਦੀਆਂ, ਜਿਹੜੇ ਬੰਦੇ ਨੇ ਕੰਮ ਕਾਰ ਕਰਨਾ ਜਾਂ ਬੰਦਾ ਪੜ੍ਹਦਾ ਉਹ ਬੰਦੇ ਨੇ ਕਿੱਥੇ ਇਹ ਚੀਜ਼ਾਂ ਸੋਚਣੀ ਜੀ। ਪਿਆਰ ਦਾ ਇਜ਼ਹਾਰ ਕਰਨ ਨੂੰ ਜ਼ਰੂਰੀ ਨਹੀਂ ਕਿ ਕਿਸੇ ਸਪੈਸ਼ਲ ਦਿਨ ਦਾ ਇੰਤਜ਼ਾਰ ਕਰਨਾ ਪਵੇ। ਹਾਂਜੀ ਹਾਂ, ਜਦੋਂ ਤੁਸੀਂ ਕਰਨਾ ਹੋਵੇ 365 ਦਿਨ ਹੀ ਪਿਆਰ ਦੇ ਹੁੰਦੇ ਨੇ। ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ। ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਇਹਨਾਂ ਨੇ ਗੱਲ ਕਹੀ ਕਿ ਜਿੱਦਾਂ ਕਈ ਕੁੜੀਆਂ ਨੇ ਵੀ ਇਹ ਗੱਲ ਕਹੀ ਸੀ ਕਿ ਵੇਸਟ ਆਫ ਮਨੀ ਹੈ, ਵੇਸਟ ਆਫ ਟਾਈਮ ਹੈ ਜਿਹੜਾ ਵੈਲੈਂਟਾਈਨਸ ਡੇ ਹੈ। ਕੀ ਨਾਮ ਹੈ ਤੁਹਾਡਾ? ਹਰਮਨਪ੍ਰੀਤ ਸਿੰਘ। ਹਰਮਨ, ਤੁਸੀਂ ਵੈਲੈਂਟਾਈਨਸ ਡੇ ਨੂੰ ਕੀ ਸਮਝਦੇ ਹੋ? ਭੇਡ ਚਾਲ ਆਈ ਇੱਕ, ਜਿਵੇਂ ਕੋਈ ਵੀ ਕੁੜੀ ਮੁੰਡਾ ਨੇ ਉਹ ਆਪਣਾ ਸੈਲੀਬ੍ਰੇਟ ਕਰ ਰਹੇ ਨੇ, ਉਹਨਾਂ ਦਾ ਰਿਲੇਸ਼ਨ ਆ, ਜਿਵੇਂ ਮੇਰੀ ਗਰਲਫਰੈਂਡ ਆ, ਤਾਂ ਉਹ ਕਿਉਂਕਿ ਉਹਨਾਂ ਨੂੰ ਫੋਲੋ ਕਰ, ਮੇਰੀ ਜੇਬ ਨਹੀਂ ਅਫੋਰਡ ਕਰਦੀ ਇੰਨੀ ਮਨੀ, ਸੋ ਮੈਂ ਨਹੀਂ ਕਰ ਸਕਦਾ, ਭੇਡ ਚਾਲ ਹੀ ਹੈ ਜੀ ਸਾਰਿਆਂ ਨੇ। ਕਿਉਂਕਿ ਇਸ ਭੇਡ ਚਾਲ ਦੇ ਵਿੱਚ ਬੜੇ ਸਾਰੇ ਦਿਲ ਵੀ ਟੁੱਟੇ ਅਤੇ ਘਰ ਵੀ ਟੁੱਟੇ? ਬਹੁਤ ਸਾਰੇ ਜੀ, ਬਹੁਤ ਸਾਰੇ ਦਿਲ ਵੀ ਟੁੱਟੇ, ਘਰ ਵੀ ਟੁੱਟੇ, ਜਿਵੇਂ ਕੋਈ ਮੁੰਡਾ ਲਾਈਕ ਕਰਦਾ ਕਿਸੇ ਕੁੜੀ ਨੂੰ, ਬਟ ਉਹ ਅਫੋਰਡ ਨਹੀਂ ਕਰ ਸਕਦਾ, ਉਹਦੇ ਗਿਫਟਸ ਵਗੈਰਾ ਜਿਹੜੇ ਉਹ ਲਾਈਕ ਕਰਦੀ ਆ, ਸੋ ਇਸ ਕਰਕੇ ਉਹ ਉਹਦੇ ਕੋਲ ਪ੍ਰਪੋਜ਼ ਵੀ ਨਹੀਂ ਕਰ ਸਕਦਾ ਉਹਦੇ ਸਾਹਮਣੇ, ਸੋ ਇਜ਼ਹਾਰ ਨਹੀਂ ਕਰ ਸਕਦਾ, ਸੋ ਇਸ ਕਰਕੇ ਕਿ ਕਈ ਵਾਰ ਸਿਰਫ ਇਸ ਕਰਕੇ ਇਜ਼ਹਾਰ ਨਹੀਂ ਹੋ ਪਾਉਂਦਾ ਕਿਉਂਕਿ ਹੱਥ ਖਾਲੀ ਹੁੰਦੇ ਆ। ਬਿਲਕੁਲ ਜੀ, ਸਹੀ ਗੱਲ ਆ, ਕਿਉਂਕਿ ਹਰੇਕ ਜਿਹੜਾ ਉਹ
ਵਧੀਆ ਫੈਮਿਲੀ ਤੋਂ ਨਹੀਂ ਬਿਲੋਂਗ ਕਰਦਾ, ਮਿਡਲ ਕਲਾਸ ਵੀ ਨੇ, ਹੈ ਨਾ, ਜਿਵੇਂ ਕੋਈ ਵੀ ਯੂਨੀਵਰਸਿਟੀ 'ਚ ਪੜ੍ਹਦੇ ਨੇ ਸਟੂਡੈਂਟਸ ਵਗੈਰਾ, ਤਾਂ ਉਹ ਹਰੇਕ ਫੈਮਿਲੀ ਤੋਂ ਬਿਲੋਂਗ ਕਰਦੇ ਨੇ, ਮਿਡਲ ਕਲਾਸ, ਪੂਅਰ ਫੈਮਿਲੀ ਔਰ ਰਿਚ ਫੈਮਿਲੀ। ਸੋ ਕਈ ਵਾਰ ਐਸੀ ਸਿਚੁਏਸ਼ਨ ਹੁੰਦੀ ਹੈ ਕਿ ਆਪਾਂ ਨਹੀਂ ਕਿਸੇ ਦੇ ਆਪਾਂ ਰਿਲੇਸ਼ਨ 'ਚ ਹੁੰਦੇ ਹਾਂ, ਜਿਵੇਂ ਕਿ ਕੁੜੀ ਚਾਹੁੰਦੀ ਹੈ ਕਿ ਮੇਰਾ ਬੋਏਫ੍ਰੈਂਡ ਮੇਰੇ ਲਈ ਇਹ ਕਰੇ, ਆਪਾਂ ਨਹੀਂ ਅਫੋਰਡ ਕਰ ਸਕਦੇ। ਸੋ ਇਹਦੇ ਕਰਕੇ ਦੂਰੀਆਂ ਪੈ ਜਾਂਦੀਆਂ ਵਿੱਚ ਕਾਫੀ ਕਾਰਨਾਂ ਕਰਕੇ। ਮੰਨਦੇ ਹੋ ਕਿ ਜਿਹੜਾ ਇਹ ਸ਼ੋਸ਼ੇਬਾਜ਼ੀ ਹੈ ਉਹਦਾ ਬੁਰਾ ਅਸਰ, ਮਾੜੂ ਪ੍ਰਭਾਵ ਜਿਹੜਾ ਹੈ ਉਹ ਮਿਡਲ ਕਲਾਸ ਨੌਜਵਾਨਾਂ 'ਤੇ ਪੈਂਦਾ ਹੈ? ਬਿਲਕੁਲ ਜੀ, ਪੈਂਦਾ ਵੀ ਹੈ, ਅਤੇ ਬਾਕੀ ਜਿਨ੍ਹਾਂ ਨੇ ਨਹੀਂ ਕਰਨੇ ਕੰਮ ਉਹ ਨਹੀਂ ਵੀ ਧਿਆਨ ਦਿੰਦੇ ਕੰਮਾਂ ਵੱਲ, ਆਪਣੇ 'ਤੇ ਡਿਪੈਂਡ ਕਰਦਾ ਕਿ ਆਪਾਂ ਕਿਵੇਂ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਸੁਖਵਿੰਦਰ, ਅੱਜ ਵੈਸੇ ਤਾਂ ਕੋਈ ਵੀ ਤਿਉਹਾਰ ਹੋਵੇ ਤਾਂ ਉਹਦਾ ਬਾਜ਼ਾਰੀਕਰਨ ਹੋ ਹੀ ਗਿਆ ਹੈ, ਪਰ ਅਸੀਂ ਖਾਸ ਕਰਕੇ ਜੇਕਰ ਵੈਲੈਂਟਾਈਨਸ ਡੇ ਦੀ ਗੱਲ ਕਰੀਏ ਜਿਹਨੂੰ ਪਿਆਰ ਦਾ ਤਿਉਹਾਰ ਕਿਹਾ ਜਾਂਦਾ ਸੀਗਾ, ਉਹਦਾ ਬਾਜ਼ਾਰੀਕਰਨ ਕਿਉਂ ਹੋ ਗਿਆ? ਇਹੀ ਗੱਲ ਹੈ ਵੀ ਕੋਈ ਵੀ ਜਦੋਂ ਫੈਸਟੀਵਲ ਆਉਂਦਾ ਤਾਂ ਕੋਈ ਵੀ ਆਪਣਾ ਕਮਰਸ਼ੀਅਲ ਤਰੀਕੇ ਨਾਲ ਦੇਖਦਾ ਉਹਨੂੰ ਬਿਜ਼ਨਸ, ਵੀ ਆਪਣਾ ਇੱਕ ਕਲਚਰ ਹੈ ਜੀ ਇੱਥੇ, ਉਸਦੇ ਰਿਲੇਟਡ ਦੇਖਦੇ ਨੇ ਵੀ ਕੀ ਚੀਜ਼ਾਂ ਸੇਲ ਹੋ ਸਕਦੀਆਂ ਨੇ, ਉਹਨੂੰ ਕੋਸ਼ਿਸ਼ ਕਰਦੇ ਨੇ ਵੀ ਜ਼ਿਆਦਾ ਤੋਂ ਜ਼ਿਆਦਾ ਉਹਨੂੰ ਪ੍ਰਮੋਟ ਕਰਦੇ ਨੇ ਤਾਂ ਕਿ ਉਹਦਾ ਉਹਨਾਂ ਦਾ ਬਿਜ਼ਨਸ ਜ਼ਿਆਦਾ ਵੱਧ ਸਕੇ। ਹਾਂਜੀ, ਅਤੇ ਉਹਨਾਂ ਨੂੰ ਕਮਾਈ ਹੁੰਦੀ ਹੈ ਜੀ ਓਬੀਅਸ, ਤਾਂ ਕਰਕੇ ਇਸ ਚੀਜ਼ ਨੂੰ ਬੜਾਵਾ ਵੀ ਮਿਲਦਾ ਜੀ। ਮਟੀਰੀਅਲਿਸਟਿਕ ਹੋ ਗਏ ਨੇ ਲੋਕ, ਇਹ ਤੁਸੀਂ ਗੱਲ ਕਹੀ, ਪਰ ਇਹ ਮੰਨਦੇ ਹੋ ਚੀਜ਼ ਕਿ ਇਸ ਚੀਜ਼ ਦਾ ਪ੍ਰਭਾਵ ਜਿਹੜਾ ਹੈ ਉਹ ਵੱਡੇ ਲੋਕਾਂ ਦੇ ਉੱਪਰ ਤਾਂ ਨਹੀਂ ਪੈਂਦਾ ਪਰ ਕਈ ਮਿਡਲ ਕਲਾਸ ਜਿਹੜੇ ਨੌਜਵਾਨ ਨੇ ਉਹਨਾਂ ਦੇ ਉੱਪਰ ਬਹੁਤ ਮਾੜੂ ਪ੍ਰਭਾਵ ਪੈਂਦਾ? ਹਾਂਜੀ ਹਾਂ, ਇੱਕ ਕਿਉਂ ਕੰਪੈਰੀਜ਼ਨ ਹੁੰਦਾ ਜੀ, ਇੱਕ ਅਪਲਾਈ ਜੋ ਅਮੀਰ ਹੈ ਜੋ ਕਰ ਸਕਦਾ, ਇੱਕ ਅਪਲਾਈ ਨਹੀਂ ਕਰ ਸਕਦਾ, ਤਾਂ ਬਟ ਉਹਨਾਂ ਨੂੰ ਦੇਖ ਕੇ ਉਹ ਐਕਸਪੈਕਟ ਤਾਂ ਕਰਦੀ ਹੈ ਵੀ ਹਾਂਜੀ ਵੀ ਮੇਰੇ ਮੈਨੂੰ ਵੀ ਇੱਦਾਂ ਹੀ ਗਿਫਟ ਦੇਣ ਜਾਂ ਕੁਛ ਜੋ ਵੀ ਹੈ। ਸੋ ਕਈ ਹੁੰਦਾ ਵੀ ਸਮਝ ਲੈਂਦੇ ਚੀਜ਼ ਨੂੰ, ਨਹੀਂ ਵੀ ਕਰਦੇ ਦਿਖਾਵਾ, ਅਤੇ ਕਈ ਹੁੰਦਾ ਵੀ ਮਤਲਬ ਉਹਨਾਂ ਨੂੰ ਥੋਪਿਆ ਵੀ ਜਾਂਦਾ ਇੱਕ ਤਰ੍ਹਾਂ, ਮਤਲਬ ਐਕਸਪੈਕਟ ਕਰਦੇ ਹਾਂ ਫਿਰ ਉਹ ਐਕਸਪੈਕਟੇਸ਼ਨ ਜਦੋਂ ਨਹੀਂ ਪੂਰੀ ਹੁੰਦੀ ਤਾਂ ਫਿਰ ਉਹ ਕਿਤੇ ਨਾ ਕਿਤੇ ਨਾਰਾਜ਼ਗੀ ਹੁੰਦੀ ਹੈ। ਮੰਨਦੇ ਹੋ ਕਿ ਇਹ ਇੱਕ ਕਾਰਨ ਬਣਦਾ ਰਿਸ਼ਤਿਆਂ ਦੇ ਟੁੱਟਣ ਦਾ? ਹਾਂਜੀ, ਕਿਤੇ ਨਾ ਕਿਤੇ ਹੋ ਵੀ ਸਕਦਾ, ਪੋਸੀਬਿਲਿਟੀ ਹੈਗੀ ਆ, ਪਰ ਐਵੇਂ ਨਹੀਂ ਕਹਿ ਸਕਦੇ ਆਪਾਂ ਵੀ ਕਿਤੇ ਨਾ ਕਿਤੇ ਹੁੰਦਾ ਵੀ ਕਈ ਵਾਰੀ ਮਤਲਬ ਆਪਾਂ ਐਵੇਂ ਨਹੀਂ ਕਹਿ ਸਕਦੇ ਟੁੱਟਣ ਦਾ ਕਾਰਨ ਵੀ ਬਣਦਾ, ਕਿਤੇ ਜੋੜਨ ਦਾ ਵੀ ਬਣਦਾ ਹੀ ਹੈ, ਇਹ ਦੋਨੋਂ ਪੱਖ ਹੈਗੇ ਜੀ ਇਹਦੇ ਵਿੱਚ। ਹਾਂਜੀ ਹਾਂਜੀ, ਬਹੁਤ ਬਹੁਤ ਸ਼ੁਕਰੀਆ ਸਰ, ਬਿਲਕੁਲ ਇਹਨਾਂ ਨੇ ਬਹੁਤ ਸਹੀ ਗੱਲ ਕਹੀ ਹੈ, ਇੱਕ ਤਾਂ ਮਟੀਰੀਅਲਿਸਟਿਕ ਹੋ ਗਏ ਨੇ ਲੋਕ, ਇਹ ਲੋਕਾਂ ਦੀ ਹੀ ਜਿਹੜੀ ਜ਼ਰੂਰਤ ਬਣ ਗਈ, ਦੂਜੀ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਕਿ ਰਿਸ਼ਤੇ ਟੁੱਟਦੇ ਵੀ ਨੇ ਪਰ ਰਿਸ਼ਤੇ ਜੁੜਦੇ ਵੀ ਨੇ, ਕਈ ਵਾਰ ਇਹ ਚੀਜ਼ਾਂ ਸਾਨੂੰ ਬੇਫਜ਼ੂਲ ਲੱਗਦੀਆਂ ਜ਼ਰੂਰ ਨੇ ਪਰ ਕਿਤੇ ਕਈ ਵਾਰ ਹੁੰਦਾ ਹੈ ਕਿ ਜਦੋਂ ਕਿਸੇ ਨੂੰ ਪੈਂਪਰ ਕੀਤਾ ਜਾਂਦਾ ਹੈ ਤਾਂ ਉਹਦੇ ਨਾਲ ਜਿਹੜੇ ਆ ਉਹ ਰਿਸ਼ਤੇ ਜਿਹੜੇ ਆ ਉਹ ਜੁੜ ਵੀ ਜਾਂਦੇ ਨੇ। ਗੱਲਬਾਤ ਕਰਾਂਗੇ ਹੋਰ ਵੀ ਲੋਕਾਂ ਦੇ ਨਾਲ। ਕੀ ਨਾਮ ਹੈ? ਅੰਮ੍ਰਿਤਪਾਲ ਜੀ। ਤੁਸੀਂ ਕੀ ਸਮਝਦੇ ਹੋ ਕਿ ਤਿਉਹਾਰ ਹੋ ਗਿਆ ਕੋਈ ਵੀ ਉਹਦੇ ਉੱਪਰ ਇਹ ਗਿਫਟ ਦੇਣ ਦਾ ਜਿਹੜਾ ਰਿਵਾਜ਼ ਚੱਲ ਗਿਆ ਹੈ ਉਹ ਕਿੰਨਾ ਕੁ ਸਹੀ ਹੈ? ਜਿਹਨੂੰ ਗਿਫਟ ਮਿਲਦਾ ਚੰਗਾ ਲੱਗਦਾ ਉਹਨੂੰ ਤਾਂ ਵੈਸੇ, ਪਰ ਉਹਦੀ ਦੇਖੋ ਦੇਖੀ ਜਿਹੜੇ ਬਾਕੀ ਲੋਕ ਐਕਸਪੈਕਟ ਕਰਨ ਲੱਗ ਜਾਂਦੇ ਨੇ ਤੇ ਜਿਹੜੇ ਅਫੋਰਡ ਨਹੀਂ ਕਰ ਪਾਉਂਦੇ ਉਹਨਾਂ ਦਾ ਕੀ? ਵੈਸੇ ਅਸੀਂ ਤਾਂ ਨਹੀਂ ਦਿੰਦੇ ਜੀ ਕਿਸੇ ਨੂੰ ਤੇ ਕੋਈ ਖਾਸ, ਮੈਨੂੰ ਤਾਂ ਲੱਗਦੀ ਨਹੀਂ ਇਹ ਗੱਲ ਕੁਛ। ਵੈਲੈਂਟਾਈਨਸ ਡੇ ਦੀ ਗੱਲ ਕਰੀਏ, ਜਿਹੜਾ ਬਾਜ਼ਾਰਾਂ ਦੇ ਵਿੱਚ ਇਸ ਵੇਲੇ ਪੂਰੀ ਭਰਮਾਰ ਆਈ ਹੋਈ ਹੈ ਤੋਹਫਿਆਂ ਦੀ, ਨੌਜਵਾਨਾਂ ਦੇ ਵਿੱਚ ਬੜਾ ਉਤਸ਼ਾਹ ਹੈ, ਉਹਦੇ ਬਾਰੇ ਕੀ ਕਹੋਗੇ? ਵਧੀਆ ਜੀ, ਉਹ ਕੋਈ ਖਰਚਾ ਥੋੜ੍ਹਾ ਹੀ ਹੁੰਦਾ, ਉਹ ਤਾਂ ਉਹਨਾਂ ਨੇ ਹੋਰ ਕੁਛ ਕਿਤੇ ਲਾਉਣਾ ਹੁੰਦਾ ਉਹ 'ਤੇ ਲਾ ਦਿੰਦੇ, ਕੋਈ ਚੰਗੀ ਗੱਲ ਹੀ ਹੈ, ਇੱਕ ਦੂਜੇ ਨਾਲ ਮਿਲਦੇ ਆ, ਵਧੀਆ, ਠੀਕ ਹੈ। ਗੁਰਪ੍ਰੀਤ ਕੌਰ। ਗੁਰਪ੍ਰੀਤ, ਵੈਲੈਂਟਾਈਨਸ ਡੇ ਨੂੰ ਪਹਿਲਾਂ ਤਾਂ ਕੀ ਕਿਸ ਨਜ਼ਰ ਨਾਲ ਦੇਖਦੇ ਹੋ, ਕੀ ਸਮਝਦੇ ਹੋ? ਜਦੋਂ ਵੈਲੈਂਟਾਈਨਸ ਡੇ ਦੀ ਗੱਲ ਆਉਂਦੀ ਹੈ ਤੁਹਾਡੇ ਦਿਮਾਗ 'ਚ ਕਿਹੜੀ ਤਸਵੀਰ ਬਣਦੀ ਹੈ? ਵੈਲੈਂਸ ਠੀਕ ਹੈ, ਕੁਛ ਇਹਨੂੰ ਜਿੱਦਾਂ ਗਰਲਫ੍ਰੈਂਡ ਬੋਏਫ੍ਰੈਂਡ ਦੇ ਤੌਰ 'ਤੇ ਵੀ ਲੈਂਦੇ ਆ, ਕੁਛ ਜਿਹੜੇ ਹੁੰਦੇ ਆ ਆਪਣੇ, ਕੋਈ ਜ਼ਰੂਰੀ ਨਹੀਂ ਹੈ ਕਿ ਗਰਲਫ੍ਰੈਂਡ ਬੋਏਫ੍ਰੈਂਡਸ ਦਾ ਹੀ ਇਹ ਦਿਨ ਹੈ, ਪੇਰੈਂਟਸ ਦੇ ਰਿਸਪੈਕਟ ਲਈ ਵੀ, ਪੇਰੈਂਟਸ ਨੂੰ ਪਿਆਰ ਕਰਨ ਲਈ ਜਿਨ੍ਹਾਂ ਦੇ ਵਿੱਚ ਹੈਗਾ ਹੈ ਉਹਦੇ ਲਈ ਵੀ, ਫਰੈਂਡਸ ਲਈ ਵੀ ਹੈਗਾ, ਆਪ ਦੇ ਵੱਡਿਆਂ ਦੇ ਲਈ ਵੀ ਹੈਗਾ, ਜੋ ਵੀ ਹੈ ਜਿਹੜੇ ਆਪਣੇ 365 ਡੇਜ਼ ਹੁੰਦੇ ਆ ਪੂਰੇ ਸਾਲ ਦੇ ਵਿੱਚ, ਉਹਨੂੰ ਹੀ ਕਿ ਐਜ਼ ਆ ਵੈਲੈਂਟਾਈਨ ਹਾਂ ਮਨਾ ਕੇ ਚਲੋ, ਕੋਈ ਸਪੈਸ਼ਲ ਨਹੀਂ ਹੈ ਕਿ ਅਸੀਂ 14 ਫਰਵਰੀ ਨੂੰ ਹੀ ਵੈਲੈਂਟਾਈਨ ਡੇ ਮਨਾਉਣਾ ਹੈ। ਇੱਕ ਇਹਨਾਂ ਨੇ ਗੱਲ ਜਿਹੜੀ ਬਹੁਤ ਸਹੀ ਕਹੀ ਹੈ ਕਿ ਮਾਪਿਓ ਨੂੰ, ਆਪਣੇ ਭੈਣ ਭਰਾ ਨੂੰ, ਹਰ ਕਿਸੇ ਨੂੰ ਪਿਆਰ ਕਰਨ ਦਾ ਦਿਨ ਹੁੰਦਾ ਵੈਲੈਂਟਾਈਨ ਡੇ, ਨਾ ਕਿ ਸਿਰਫ ਆਪਣੇ ਮਹਿਬੂਬ ਨੂੰ ਜਿਹੜਾ ਅਸੀਂ ਕਹਿ ਦਿੰਦੇ ਹਾਂ। ਅਤੇ ਹੁਣ ਜੇਕਰ ਮਾਰਕੀਟ ਦੇ ਪ੍ਰਸਪੈਕਟਿਵ ਤੋਂ ਗੱਲ ਕਰੀਏ, ਜਿਹੜਾ ਬਾਜ਼ਾਰੀਕਰਨ ਹੋ ਗਿਆ ਹੈ ਬਾਜ਼ਾਰਾਂ ਦੇ ਵਿੱਚ, ਤੁਸੀਂ ਵੀ ਇੰਨੀ ਦਿਨ ਦੇਖਿਆ ਹੋਵੇਗਾ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਆਈਆਂ ਹੋਈਆਂ ਨੇ, ਉਸ ਬਾਰੇ ਕੀ ਸਮਝਦੇ ਹੋ, ਜ਼ਰੂਰੀ ਕਿਉਂ ਹੋ ਗਈਆਂ ਨੇ ਆਪਣੇ ਪਿਆਰ ਦੇ ਇਜ਼ਹਾਰ ਲਈ? ਇੱਕ ਤੁਸੀਂ ਕਹਿ ਲਓ ਕਿ ਹਾਂ ਲੋਕ ਟ੍ਰੈਂਡ ਦੇ ਤੌਰ 'ਤੇ ਹੈ, ਇਨ ਮਾਰਕੀਟਿੰਗ ਦੇ ਲਈ ਉਹਨਾਂ ਨੇ ਆਪਣੀ ਮਾਰਕੀਟ ਵੀ ਉਹ ਕਰਨੀ ਆ, ਪ੍ਰਮੋਟ ਕਰਨੀ ਆ ਜਾਂ ਕੁਛ ਵੀ ਆ, ਲੋਕਾਂ ਨੂੰ ਵੀ ਕਿਸੇ ਨੂੰ ਵੀ, ਹੁਣ ਜਿੱਦਾਂ ਕੋਈ ਵੀ ਲੈ ਲਓ, ਹਾਂ ਮੈਨੂੰ ਹੁੰਦਾ ਹੈ ਕਿ ਮੇਰੇ ਲਈ ਰੋਜ਼ ਲੈ ਕੇ ਆਵੇ ਜਾਂ ਮੇਰੇ ਲਈ ਕੋਈ ਕੋਈ ਗਿਫਟ ਲੈ ਕੇ ਆਵੇ, ਇਹ ਅੱਛਾ ਲੱਗਦਾ। ਹਾਂ ਚੋਕਲੇਟਸ ਜਾਂ ਕਿ ਵੈਲੈਂਟਾਈਨਸ ਡੇ ਸਿਰਫ ਆਪਣੇ ਇੱਕ ਖਾਸ ਇਨਸਾਨ ਨੂੰ ਪਿਆਰ ਕਰਨ ਦਾ ਦਿਨ ਹੈ, ਬਲਕਿ ਹਰ ਕਿਸੇ ਨੂੰ, ਆਪਣੇ ਮਾਂ ਪਿਓ ਨੂੰ, ਆਪਣੇ ਭੈਣ ਭਰਾ ਨੂੰ, ਔਰ ਜ਼ਰੂਰੀ ਨਹੀਂ ਹੈ ਕਿ ਸਿਰਫ 14 ਫਰਵਰੀ ਨੂੰ ਹੀ ਤੁਸੀਂ ਆਪਣੇ ਪਿਆਰ ਦਾ ਇਜ਼ਹਾਰ ਕਰੋ, 365 ਦਿਨ ਜਿਹੜੇ ਹੁੰਦੇ
ਅਨਿਲ ਵਰਮਾ। ਅਨਿਲ ਜੀ, ਤੁਸੀਂ ਕੀ ਸਮਝਦੇ ਹੋ ਕਿ ਵੈਲੈਂਟਾਈਨਸ ਡੇ ਦਾ ਜਿਹੜਾ ਕਮਰਸ਼ੀਅਲਾਈਜੇਸ਼ਨ ਹੋ ਗਿਆ ਹੈ ਉਹ ਕਿੰਨਾ ਕੁ ਜ਼ਰੂਰੀ ਹੈ ਅਤੇ ਕਿੰਨਾ ਕੁ ਸਹੀ ਹੈ? देखिए जी, सिर्फ वैलेंटाइन डे का नहीं, आजकल हर फेस्टिवल का ही यही हाल है। और आजकल आपकी बात सही है कि ये तो युग ही मार्केट का युग है कि जो भी आप आइटम बाज़ार में बेचना चाहते हैं कोई भी कंपनी, तो उसको पॉपुलर करने के लिए कुछ इस तरह के जो मूवमेंट्स होते हैं उनको कैश करना ज़रूरी है। और ये अब तो आप देखिए, पहले कोई भी त्यौहार घर में मना लिया जाता था, लेकिन अब उन ऐसे त्यौहारों का आलम है कि घर वालों को मालूम नहीं होता, उनके बच्चे गलियों के अंदर, रेस्टोरेंट के अंदर, मॉल के अंदर मना के आते हैं और घर वाले पूछते हैं कहाँ से आ रहे हैं, तो उनको ऐसे बताते हैं जैसे घर वाले बिल्कुल ही बेवकूफ़ हों और उनके जो बच्चे हैं वही सारी दुनिया की, उनकी सारी दुनिया का ज्ञान है। अब देखिए, ये जो वैलेंटाइन डे वीक पूरा है, एक पूरा हफ्ता है, कोई रोज़ डे है, कोई प्रपोज डे है, कोई चॉकलेट डे है, और लास्ट में 14 तारीख को जाके वैलेंटाइन डे होता है। इन 7 दिनों के अंदर कंपनी जिस तरह से करोड़ों अरबों रुपए का बिजनेस करती हैं, वो केवल फ़ायदा उन लोगों को होता है, बिजनेस को होता है, नहीं तो ना तो इससे समाज का कोई भला है, ना ही इसका कोई इकोनॉमी हम लोगों को। और जो भी कंपनीज हैं ये बाहर की कंपनीज हैं, ये वैलेंटाइन डे मनिया भी बाहर का ही त्यौहार जाना। और ये त्यौहार कहाँ है, ये तो यूँ ही वैलेंटाइन डे क्या है, ये कोई त्यौहार थोड़ी है। त्यौहार तो दिवाली होता है, होली होता है, शिवरात्रि होता है, ये होते हैं त्यौहार। तो ये तो पूरी तरह से अगर जो इनका भी देखा जाए तो इनका भी क्रिसमस होता है, इसे त्यौहार हम मान सकते हैं, या ईद होता है। ये वैलेंटाइन डे तो सिर्फ एक पूरी तरह से कमर्शियल से आइटम है। सो होर भी कुड़ियों के नाल गलबात करांगे, इतने बहुत सोहनिया सोहनिया कुड़ियां मेरे नाल ने, इन्हां दे कोलों जाणांगे कि वैलेंटाइन डे नूं इह की समझदियां ने। की नाम है? नवदीप। नवदीप, तुसीं जदों वैलेंटाइन डे की सब तो पहला गल आउंदी है तां दिमाग च की आउंदा है? इट्स लाइक आपां जिवें नॉर्मल डेज हुंदे, मेरे वास्ते वैलेंटाइन वीक उवें ही है नॉर्मल बहुत। ਅਤੇ ਇਵੇਂ ਆਪਣੇ ਜਿਹੜਾ ਯੂਥ ਅੱਜ ਕੱਲ੍ਹ ਜਿਹੜਾ ਹੈਗੇ ਕਪਲਸ, ਉਹਨਾਂ ਨੇ ਹਾਈਪਰ ਕੀਤੀਆਂ ਹੋਈਆਂ ਚੀਜ਼ਾਂ ਕਿ ਹਾਂ ਵੀਕ ਆ ਗਿਆ, ਵੈਲੰਟਾਈਨ ਆ ਗਿਆ। ਮੇਰੇ ਵਾਸਤੇ ਸੀਰੀਅਸਲੀ ਯੂਜ਼ਲੈਸ ਟਾਈਮ ਹੈ, ਆਹ ਮਨੀ ਹੈ, ਦੈਟਸ ਆਲ। ਅਤੇ ਵੈਸੇ ਕਹਿੰਦੇ ਕੁੜੀਆਂ ਨੂੰ ਪੈਂਪਰਿੰਗ ਬਹੁਤ ਪਸੰਦ ਆ, ਹੈਗੀ ਹਰ ਕਿਸੇ ਨੂੰ ਹੀ ਪਸੰਦ ਆ ਓਬਵੀਅਸਲੀ, ਬਟ ਬਾਕੀ ਵੀ ਤਾਂ ਦਿਨ ਹੈਗੇ ਆ, ਆਹੀ ਹਫ਼ਤਾ ਕਿਉਂ, ਆਹੀ ਦਿਨ ਕਿਉਂ। ਕਮਰਸ਼ੀਅਲਾਈਜੇਸ਼ਨ ਹੋ ਗਿਆ, ਕਿਉਂ ਹੁਣ ਜ਼ਰੂਰੀ ਹੋ ਗਿਆ ਕਿ ਕਿਸੇ ਕੁੜੀ ਦੇ ਕੋਲ ਜਾਣ ਤੋਂ ਪਹਿਲਾਂ ਹੱਥ ਦੇ ਵਿੱਚ ਬੁੱਕੇ ਐਂਡ ਚੋਕਲੇਟ ਬਾਕਸ ਜ਼ਰੂਰੀ ਕਿਉਂ ਹੋ ਗਿਆ? ਆਈ ਡੋਂਟ ਥਿੰਕ ਸੋ ਕਿ ਆ ਜ਼ਰੂਰੀ ਹੈ, ਮੇਰੇ ਵਾਸਤੇ ਤਾਂ ਨਹੀਂ ਹੈਗਾ, ਬਾਕੀ ਮੈਨੂੰ ਕੁੜੀਆਂ ਦਾ ਪਤਾ ਨਹੀਂ, ਬਟ ਇਟਸ ਨੋਟ ਜ਼ਰੂਰੀ। ਮੰਨਦੇ ਹੋ ਤੁਸੀਂ ਕਿ 365 ਡੇਜ਼ ਜਿਹੜੇ ਹੁੰਦੇ ਉਹ ਹਰ ਰੋਜ਼ ਹੀ ਆਪਣਾ ਪਿਆਰ ਦਿਖਾਉਣ ਵਾਸਤੇ ਹੁੰਦੇ ਆ? ਮੇਰੇ ਹਿਸਾਬ ਨਾਲ ਜੇ ਆਪਾਂ ਹਰ ਰੋਜ਼ ਪਿਆਰ ਦਿਖਾਈਏ ਉਹ ਬੈਟਰ ਆ, ਇੱਕ ਹਫ਼ਤੇ ਕੀ ਪਿਆਰ ਆਪਾਂ ਨੂੰ ਇੱਕਦਮ ਜਾਗ ਜਾਂਦਾ ਹੈ। ਆਹ ਮੈਨੂੰ ਨਹੀਂ ਪਤਾ ਕੀ ਹੁੰਦਾ ਮੁੰਡਿਆਂ ਕੁੜੀਆਂ 'ਚ, ਇੱਕਦਮ ਹੀ ਪਿਆਰ ਜਾਗ ਗਿਆ, ਉਸ ਤੋਂ ਬਾਅਦ ਫੋਰ ਅ ਸਡਨ ਫਿਨਿਸ਼ ਆ ਨਾ। ਹਾਂ ਐਗਜੈਕਟਲੀ, ਮੈਨੂੰ ਹਾਂ ਠੀਕ ਹੈ ਜੇ ਪਿਆਰ ਕਰਨਾ ਤਾਂ ਸਾਰੇ ਦਿਨ ਕਰੋ ਨਾ, ਪੂਰਾ ਸਾਲ ਕਰੋ। ਕੀ ਨਾਮ ਹੈ? ਸ਼ਿਮੋਨਾ। ਸ਼ਿਮੋਨਾ, ਤੁਸੀਂ ਵੈਲੰਟਾਈਨਸ ਵੀਕ ਨੂੰ ਜਿਹੜਾ 7 ਤੋਂ 14 ਤੱਕ ਦਿਨਾਂ ਦਾ ਸਿਲਸਿਲਾ ਚੱਲਦਾ ਹੈ, ਕਿੱਦਾਂ ਦੇਖਦੇ ਹੋ? ਪਹਿਲੀ ਗੱਲ ਤਾਂ ਮੈਮ, ਜਿਹੜਾ ਬਣਾਇਆ ਹੋਇਆ ਕਿ ਸਿਰਫ ਕੁੜੀਆਂ, ਆਈ ਮੀਨ ਮੁੰਡੇ ਹੀ ਕੁੜੀਆਂ ਲਈ ਕਰਦੇ ਨੇ ਚੀਜ਼ਾਂ, ਇਹ ਸਭ ਤੋਂ ਵੱਡਾ ਇੱਕ ਨਾ ਮਿਸਕਨਸੈਪਸ਼ਨ ਹੈਗਾ। ਠੀਕ ਹੈ, ਸਿਰਫ ਕਿਉਂ ਮੁੰਡੇ ਹੀ ਕਿਉਂ ਬੂਕੇ ਲੈ ਕੇ ਜਾਂਦੇ ਨੇ ਜਾਂ ਮਤਲਬ ਗਿਫਟਸ ਲੈ ਕੇ ਜਾਂਦੇ, ਵਾਈ ਕਾਂਟ ਗਰਲਸ ਗੋ ਐਂਡ ਗਿਵ ਦੈਮ ਔਰ ਐਕਸਪ੍ਰੈਸ ਦੇਅਰ ਲਵ ਫੋਰ ਦੈਮ ਐਸ ਵੈਲ? ਕਿਉਂ ਕੁੜੀਆਂ ਦੇ ਵਿੱਚ ਇਹ ਚੀਜ਼ ਹੁੰਦੀ ਕਿ ਜੇ ਮੈਂ ਪਹਿਲਾਂ ਜਾਵਾਂਗੀ ਤਾਂ ਸ਼ਾਇਦ ਮੇਰੀ ਵੈਲਿਊ ਘੱਟ ਜਾਵੇਗੀ? ਆਈ ਡੋਂਟ ਥਿੰਕ ਸੋ, ਇਹ ਕੁੜੀਆਂ 'ਚ ਹੁੰਦੀ ਹੈ, ਮੈਂ ਤਾਂ ਕਦੇ ਨਹੀਂ ਆਏ ਚੀਜ਼ ਦੇਖ, ਆਈ ਮੀਨ ਸੁਣੀ ਜਾਂ ਕੀਤੀ, ਅਤੇ ਇਟਸ ਫਾਈਨ। ਵੈਲੰਟਾਈਨ ਡੇ 'ਤੇ ਅੱਜ ਕੱਲ੍ਹ ਕਮਰਸ਼ੀਅਲਾਈਜੇਸ਼ਨ ਹੋ ਗਿਆ ਮਾਰਕੀਟ ਦੇ ਵਿੱਚ, ਦੇਰ ਆਰ ਐਨ ਨੰਬਰ ਆਫ ਥਿੰਗਸ ਜਿਹੜੀਆਂ ਵੈਲੰਟਾਈਨ ਨੂੰ ਕਰਦੀਆਂ ਨੇ, ਉਹ ਕੀ ਲੱਗਦਾ ਕਿੰਨੀਆਂ ਕੁ ਜ਼ਰੂਰੀ ਨੇ ਉਹ? ਬਿਨਾਂ ਉਹਦੇ ਪਿਆਰ ਨਹੀਂ ਅਸੀਂ ਦਿਖਾ ਸਕਦੇ? ਯੈਸ, ਇਟਸ ਜਸਟ ਯੂਜ਼ਲੈਸ, ਸੀਰੀਅਸਲੀ ਯੂਜ਼ਲੈਸ ਹੈ, ਕਿਉਂਕਿ ਜੇ ਤੁਸੀਂ ਡੇ ਸੈਲੀਬ੍ਰੇਟ ਹੀ ਕਰਨਾ, ਤੁਸੀਂ ਇੱਕ ਵੈਲੰਟਾਈਨ ਤੋਂ ਇਲਾਵਾ ਵੀ ਕਰ ਸਕਦੇ ਹੋ ਇਕੱਠੇ, ਜੇ ਤੁਸੀਂ ਐਕਸਪ੍ਰੈਸ ਕਰਨਾ ਹੀ ਹੈ ਪਿਆਰ, ਤੁਸੀਂ ਅਲੱਗ ਕਰੋ। ਵੈਲੰਟਾਈਨ 'ਤੇ ਤਾਂ ਸਾਰੀ ਦੁਨੀਆ ਕਰਦੀ ਫਿਰਦੀ ਹੈ, ਬੀ ਡਿਫਰੈਂਟ। ਅਸੀਂ ਬੜੀ ਵਾਰ ਦੇਖਿਆ ਕਿ ਲੋਕ ਆਪਣੇ ਵਿਆਹ ਦੀ ਡੇਟ ਨੂੰ ਵੀ 14 ਫੈਬ ਨੂੰ ਰੱਖਦੇ ਕਿ ਅਸੀਂ ਇਹ ਅਸੀਂ ਸਿੰਬਲ ਦਿਖਾ ਸਕੀਏ ਕਿ ਅਸੀਂ ਕਿੰਨਾ ਪਿਆਰ ਕਰਦੇ ਹਾਂ। ਸਿਰਫ ਜੇ ਤੁਸੀਂ ਸਿੰਬਲ ਹੀ ਦਿਖਾਉਣਾ ਪਿਆਰ ਦਾ, ਫਿਰ ਤੁਸੀਂ ਇੱਕ ਇਗਜ਼ਾਮਪਲ ਬਣੋ ਨਾ, ਤੁਸੀਂ ਸਿਰਫ ਅਸੀਂ ਦਿਨ ਹੀ ਕਿਉਂ ਦਿਖਾਉਣਾ, ਪੂਰਾ ਸਾਲ ਦਿਖਾਓ ਤਾਂ ਸਿੰਬਲ ਬਣੋ, ਜ਼ਿਆਦਾ ਬੈਟਰ ਰਹੇਗਾ। ਬਹੁਤ ਬਹੁਤ ਸ਼ੁਕਰੀਆ ਸਰ। ਬਿਲਕੁਲ, ਜਿਹੜੇ ਸਮਝਦੇ ਨੇ ਕਿ ਕੁੜੀਆਂ ਜਿਹੜੀਆਂ ਨੇ ਉਹ ਸਮਝਦੀਆਂ ਨੇ ਕਿ ਵੈਲੰਟਾਈਨਸ ਡੇ ਉਹਨਾਂ ਨੂੰ ਬੜਾ ਪਸੰਦ ਹੈ, ਇਹਨਾਂ ਨੇ ਕਹਿ ਦਿੱਤਾ ਕਿ ਪਿਆਰ ਐਕਸਪ੍ਰੈਸ ਕਰਨਾ ਹੈ ਤਾਂ ਸਾਰੇ ਦਿਨ ਕਰੋ। ਕੀ ਨਾਮ ਹੈ? ਬੁਲਬੁਲ। ਬੁਲਬੁਲ ਬੁਲਬੁਲ, ਤੁਸੀਂ ਵੈਲੰਟਾਈਨਸ ਡੇ ਪਸੰਦ ਹੈ ਤੁਹਾਨੂੰ ਪਰਸਨਲੀ? ਬਿਲਕੁਲ ਵੀ ਨਹੀਂ। ਸੱਚੀ ਦੱਸਣਾ? ਮੈਨੂੰ ਨਹੀਂ ਪਸੰਦ, ਰੋਜ਼ ਸੈਲੀਬ੍ਰੇਟ ਹੀ ਨਹੀਂ ਕੀਤਾ ਨਾ, ਮਤਲਬ ਕੋਈ ਮਿਲਾ ਹੀ ਨਹੀਂ। ਜੇ ਮਿਲ ਜੂਗਾ ਫਿਰ ਪਸੰਦ ਆ ਜੂਗਾ? ਬਿਲਕੁਲ ਨਹੀਂ, ਮੇਰੇ ਖਿਆਲ 'ਚ ਤੁਹਾਨੂੰ ਲੱਗਦਾ ਵੈਲੰਟਾਈਨਸ ਡੇ ਜ਼ਰੂਰੀ ਹੋਤਾ ਹੈ, ਜੈਸੇ ਉਸਨੇ ਬੋਲਾ ਕਿ ਇੱਕ ਹਫ਼ਤਾ ਨਹੀਂ ਚਾਹੀਏ ਹੋਤਾ ਪਿਆਰ ਪਿਓਰ ਦਿਖਾਨੇ ਕੇ ਲੀਏ, ਪੂਰਾ ਵੋ ਹੋਣਾ ਚਾਹੀਏ ਮੇਰੇ ਕੋਲ, ਬਸ ਮੈਂ ਤਾਂ ਹੋਈ ਨਹੀਂ ਇਨ ਚੀਜ਼ ਹੋਵੇ। ਕਮਰਸ਼ੀਅਲਾਈਜੇਸ਼ਨ ਜੋ ਹੋ ਗਈ ਹੈ ਮਾਰਕੀਟ ਦੇ ਵਿੱਚ, ਜਿਹੜਾ ਇੰਨਾ ਸਾਰਾ ਸਮਾਨ ਆਇਆ ਹੁੰਦਾ, ਕੀ ਲੱਗਦਾ ਕਿ ਉਹ ਜ਼ਰੂਰੀ ਹੈ ਪਿਆਰ ਦੇ ਲਈ?
ਵੇਸਟ ਹੈ। ਬਹੁਤ ਸ਼ੁਕਰੀਆ। ਸੋ ਇਹਨਾਂ ਕੁੜੀਆਂ ਦੇ ਨਾਲ ਗੱਲਬਾਤ ਕੀਤੀ ਅਸੀਂ, ਹੁਣ ਤੱਕ ਜਿਹੜਾ ਹੈ ਉਹ ਸਾਰੇ ਨੌਜਵਾਨਾਂ ਨੇ ਜਿਹੜਾ ਹੈ ਉਹ ਆਪਣਾ ਆਪਣਾ ਪ੍ਰਤੀਕਰਮ ਜਿਹੜਾ ਦਿੱਤਾ ਹੈ ਕਿ ਪਿਆਰ ਦਿਖਾਉਣ ਦੇ ਲਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਇੱਕ ਹਫ਼ਤੇ ਦੇ ਵਿੱਚ ਹੀ ਜਿਹੜਾ ਆਪਣਾ ਪਿਆਰ ਦਿਖਾ ਸਕਦੇ ਹੋ, ਅਤੇ ਮਟੀਰੀਅਲਿਸਟਿਕ ਪਦਾਰਥਵਾਦੀ ਹੋ ਕੇ ਜਿਹੜਾ ਹੈ ਉਹ ਆਪਣਾ ਪਿਆਰ ਜਿਹੜਾ ਉਹ ਨਹੀਂ ਦਿਖਾਇਆ ਜਾ ਸਕਦਾ। ਪਿਆਰ ਦਿਖਾਉਣ ਦੇ ਲਈ ਸਿਰਫ ਇੱਕ ਹਫ਼ਤਾ ਨਹੀਂ ਬਲਕਿ ਪੂਰੇ 365 ਦਿਨ ਜਿਹੜੇ ਹੁੰਦੇ ਨੇ ਉਹ ਹਰ ਰੋਜ਼ ਤੁਸੀਂ ਆਪਣਾ ਵੈਲੈਂਟਾਈਨਸ ਡੇ ਮਨਾ ਸਕਦੇ ਹੋ, ਅਤੇ ਜ਼ਰੂਰੀ ਨਹੀਂ ਹੈ ਕਿ ਚੀਜ਼ਾਂ ਦੇ ਨਾਲ ਹੀ ਜਿਹੜਾ ਹੈ ਪੈਸੇ ਦੇ ਨਾਲ ਹੀ ਪਿਆਰ ਜਿਹੜਾ ਹੈ ਉਹ ਦਿਖਾਇਆ ਜਾ ਸਕਦਾ ਹੈ। ਹਰ ਕਿਸੇ ਨੂੰ ਜਿਹੜਾ ਹੈ ਉਹ ਕਿਸੇ ਦੇ ਪਿੱਛੇ ਲੱਗ ਕੇ ਜਾਂ ਭੇਡ ਚਾਲ ਦੇ ਵਿੱਚ ਲੱਗ ਕੇ ਆਪਣੀ ਜੇਬ ਦੇ ਉੱਪਰ ਬੋਝ ਨਹੀਂ ਪਾਉਣਾ ਚਾਹੀਦਾ। ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਇੰਨਾ ਹੀ, ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕਿਸੇ ਨਵੇਂ ਵਿਸ਼ੇ ਦੇ ਉੱਪਰ ਕਰਾਂਗੇ ਗੱਲਬਾਤ। ਫਿਲਹਾਲ ਮੈਨੂੰ ਯਾਨੀ ਅੰਮ੍ਰਿਤਵੀਰ ਦੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।